ਹੈਲੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਟੀਵੀ ਦੇਖਣ ਵਾਲਿਆਂ ਨੂੰ ਮੈਂ ਵੈਲਕਮ ਕਰਦੀ ਹਾਂ ਥੈਂਕ ਯੂ ਸੋ ਵੈਰੀ ਮਚ ਜੋ ਤੁਸੀਂ ਮੇਰੇ ਵੀਡੀਓਜ਼ ਦੇਖਦੇ ਹੋ ਐਂਡ ਜਿਨ੍ਹਾਂ ਨੂੰ ਮੇਰੇ ਵੀਡੀਓਜ਼ ਪਸੰਦ ਆਉਂਦੇ ਨੇ ਜਿਨ੍ਹਾਂ ਨੂੰ ਹੈਲਪ ਹੋ ਰਹੀ ਹੈ ਮੇਰੇ ਵੀਡੀਓਜ਼ ਨਾਲ ਮੈਂ ਆਪਣੇ ਵੱਲੋਂ ਟਰਾਈ ਕਰਦੀ ਹਾਂ ਕਿ ਮੈਂ ਤੁਹਾਨੂੰ ਜਿਆਦਾ ਤੋਂ ਜਿਆਦਾ ਵੀਡੀਓਜ਼ ਬਣਾ ਕੇ ਤਵਾਂ ਪਰ ਕੁਝ ਹੈਲਥ ਇਸ਼ੂਜ਼ ਹੋਣ ਦੀ وجہ ਨਾਲ ਮੈਂ ਤੁਹਾਡੇ ਸਾਹਮਣੇ ਨਹੀਂ ਆ ਸਕੀ ਥੋੜਾ ਜਿਹਾ ਬਿਜ਼ੀ ਵੀ ਸੀ ਐਂਡ ਹੋਂਤੂ ਮੈਂ ਇਹ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਡੇ ਮੈਕਸਿਮਮ ਸਾਰੇ ਹੀ ਕੁਐਸਚਨਸ ਦਾ ਆਨਸਰ ਦੇ ਸਕਾਂ ਐਂਡ ਦੂਸਰੀ ਇੱਕ ਚੀਜ਼ ਹੋਰ ਹੈ ਕਿ ਇੰਨਾ ਟਾਈਮ ਮੈਂ ਨਹੀਂ ਪਰ ਮੈਨੂੰ ਮਿਲ ਨਹੀਂ ਰਿਹਾ ਕਿ ਮੈਂ ਪੂਰੇ ਮੇਲਸ ਚੈੱਕ ਕਰਕੇ ਤੁਹਾਨੂੰ ਪ੍ਰੋਪਰ ਜਿਹੜਾ ਹੈ ਆਨਸਰ ਦੇ ਸਕਾਂ ਇਹ ਵੀ ਜਿਹੜੇ ਲੋਕ ਮੇਰੇ ਲਈ ਅਰਦਾਸ ਕਰਦੇ ਨੇ ਗੁਰਦੁਆਰੇ ਜਾ ਕੇ ਮੇਰੀ ਤੰਦਰੁਸਤੀ ਲਈ ਤਾਂ ਮੈਂ ਉਹਨਾਂ ਸਾਰਿਆਂ ਨੂੰ ਇੱਕ ਰਿਕੁਐਸਟ ਕਰਦੀ ਹਾਂ ਕਿ ਇੱਕ ਅਰਦਾਸ ਹੋਰ ਕਰਦਿਆ ਕਰੋ ਕਿ ਮੇਰੇ ਵਿੱਚ ਇੰਨੀ ਹਿੰਮਤ ਆਏ ਕਿ ਮੈਂ ਤੁਹਾਡੇ ਸਾਰੇ ਹੀ ਕੁਐਸਚਨਸ ਪੜ੍ਹ ਕੇ ਤੁਹਾਨੂੰ ਸਾਰਿਆਂ ਨੂੰ ਹੀ ਰਿਪਲਾਈ ਦੇ ਸਕਾਂ ਪ੍ਰਭਾਤਮਾ ਮੈਨੂੰ ਇੰਨੀ ਹਿੰਮਤ ਬਖਸ਼ ਦੇ ਐਂਡ ਮੈਂ ਫਿਰ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਤੁਹਾਡੀ ਸਪੋਰਟ ਜੋ ਤੁਹਾਡਾ ਪਿਆਰ ਛੋ ਮੈਨੂੰ ਮਿਲ ਰਿਹਾ ਹੈ ਮੈਂ ਆਪਣੇ ਵੱਲੋਂ ਕੋਸ਼ਿਸ਼ ਇਹ ਕਰਾਂਗੀ ਬਹੁਤ ਹੀ ਸਾਰੇ ਦਿਨ ਹੋ ਗਏ ਮੈਂ ਤੁਹਾਡੇ ਨਾਲ ਰੈਗੂਲਰ ਵੀਡੀਓਜ਼ ਨਹੀਂ ਬਣਾ ਪਾ ਰਹੀ ਤਾਂ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਡੇ ਸਾਰੇ ਹੀ ਕੁਐਸਚਨਸ ਦਾ ਆਨਸਰ ਕਰ ਸਕਾਂ ਬਾਕੀ ਜਿਨ੍ਹਾਂ ਕੋਲ ਮੇਰਾ ਯੂਕੇ ਦਾ ਨੰਬਰ ਹੈਗਾ ਹੈ ਮੈਂ ਤੁਹਾਨੂੰ ਇੰਡੀਆ ਦਾ ਵੀ ਨੰਬਰ ਦੇ ਸਕਦੀ ਹਾਂ ਈਮੇਲ ਵੀ ਦੇ ਸਕਦੀ ਹਾਂ ਬਟ ਪ੍ਰੋਬਲਮ ਇਹ ਹੈ ਕਿ ਉਹ ਸਾਰੇ ਹੀ ਕੁਐਸਚਨਸ ਦੇਖ ਕੇ ਮੈਨੂੰ ਇੰਨੀ ਪ੍ਰੋਬਲਮ ਹੋ ਰਹੀ ਹੈ ਕਿ ਮੇਰਾ ਫੋਨ ਹੀ ਹੈਂਗ ਹੋ ਰਿਹਾ ਹੈ ਸਪੇਸ ਦੀ ਮੈਮਰੀ ਦੀ ਪ੍ਰੋਬਲਮ ਹੋ ਰਹੀ ਹੈ ਉਹ ਪੂਰੇ ਓਪਨ ਨਹੀਂ ਹੋ ਰਹੇ ਐਂਡ ਮੇਲ ਚੈੱਕ ਕਰਕੇ ਤੁਹਾਨੂੰ ਰਿਪਲਾਈ ਕਰਨ ਦਾ ਟਾਈਮ ਮਿਲ ਨਹੀਂ ਰਿਹਾ ਮੈਨੂੰ ਮੈਂ ਬਹੁਤ ਜਲਦੀ ਇੱਕ ਇਦਾਂ ਦਾ ਟਾਈਮ ਸੈੱਟ ਕਰਾਂਗੀ ਜੋ ਮੈਂ ਆਨਲਾਈਨ ਤੁਹਾਡੇ ਸਾਰੇ ਹੀ ਕੁਐਸਚਨਸ ਦੇ ਜਿਹੜੇ ਜਵਾਬ ਦੇ ਸਕਾਂ ਐਂਡ ਮੈਂ ਤੁਹਾਨੂੰ ਐਟ ਲੀਸਟ ਜਿਹੜਾ ਹੈ ਗਾਈਡ ਕਰ ਸਕਾਂ ਬਾਕੀ ਇੱਕ ਗੱਲ ਹੋਰ ਹੈ ਕਿ ਮੈਂ ਜੋ ਮੈਕਸਿਮਮ ਕੁਐਸਚਨਸ ਦੇਖੇ ਹੈ ਸਾਰੇ ਹੀ ਲੋਗ ਵਰਕ ਪਰਮਿਟ ਦੇ ਲਈ ਦੂਸਰੀ ਕੰਟਰੀ ਚ ਕੈਨੇਡਾ ਮੈਕਸਿਮਮ ਲੋਗ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੇ ਇਹ ਵੀ ਪੁੱਛਿਆ ਹੈ ਕਿ ਕੋਈ ਜਿਹੜਾ ਹੈ ਰੀਜ਼ਨੇਬਲ ਏਜੰਟ ਹੈਗਾ ਹੈ ਤਾਂ ਤੁਸੀਂ ਮੈਨੂੰ ਜਿਹੜਾ ਹੈ ਉਹਦਾ ਐਡਰੈਸ ਦੋ ਤਾਂ ਮੈਂ ਜਿਸ ਟਾਈਮ ਕੰਮ ਕਰ ਰਹੀ ਸੀ ਤਾਂ ਵਰਕ ਪਰਮਿਟ ਦੇ ਜੋ ਫਰਾਡਸ ਹੁੰਦੇ ਆ ਮੈਨੂੰ ਅੱਛੀ ਤਰ੍ਹਾਂ ਪਤਾ ਹੈ ਤਾਂ ਮੈਂ ਕਿਸੇ ਨੂੰ ਵੀ ਇਸ लायक ਨਹੀਂ ਸਮਝਦੀ ਕਿਉਂਕਿ ਮਨੀ ਮੇਕਿੰਗ ਇੱਕ ਮਸ਼ੀਨ ਟਾਈਪ ਦੀ ਜਿਹੜੀ ਥਿੰਕਿੰਗ ਹੈ ਹਰ ਬੰਦਾ ਇਹ ਕੋਸ਼ਿਸ਼ ਕਰਦਾ ਹੈ ਕਿ ਜਿਆਦਾ ਤੋਂ ਜਿਆਦਾ ਪੈਸਾ ਮੈਂ ਕਮਾ ਲਾਂ ਐਂਡ ਲਿミਟਿਡ ਪੀਰੀਅਡ ਹੁੰਦਾ ਹੈ ਕਿਉਂਕਿ ਆ ਜਿਆਦਾ ਵੀਜ਼ੇ ਲੱਗਦੇ ਨਹੀਂ ਹੈ ਇੱਕ ਅੱਧਾ ਵੀਜ਼ਾ ਲੱਗਦਾ ਐਂਡ ਉਹਦੇ ਬਾਅਦ ਚ ਜੋ ਕਲੈਕਸ਼ਨ ਹੋ ਜਾਂਦੀ ਹੈ ਬਾਕੀ ਦੇ ਜਿਹੜੇ ਹੈ ਵੀਜ਼ੇ ਨਹੀਂ ਲੱਗਦੇ ਤਾਂ ਮੈਂ ਹੁਣ ਇਸ ਕਰਕੇ ਸਿਰਫ ਇਸ ਕਰਕੇ ਤੁਹਾਨੂੰ ਕਿਸੇ ਏਜੰਟ ਦਾ ਨਹੀਂ ਦੱਸ ਰਹੀ ਜੋ ਮੇਰੇ ਮੇਰੇ ਫਰੈਂਡ ਸੀਗੇ ਕੈਨੇਡੀਅਨ ਬੇਸਡ ਜਿਹੜੇ ਸੀ ਵਰਕ ਪਰਮਿਟ ਵੀ ਕਰਾਉਂਦੇ ਸੀ ਇਮੀਗ੍ਰੇਸ਼ਨ ਵੀ ਕਰਾਉਂਦੇ ਸੀ ਪਰ ਹੁਣ ਉਹਨਾਂ ਨੇ ਉਹ ਕੰਪਲੀਟਲੀ ਕੈਨੇਡਾ ਮੂਵ ਹੋ ਚੁੱਕੇ ਉਹਨਾਂ ਨੇ ਇਮੀਗ੍ਰੇਸ਼ਨ ਐਂਡ ਵਰਕ ਪਰਮਿਟ ਬੰਦ ਕਰਤੇ ਆ ਤਾਂ ਸਿਰਫ ਸਟੱਡੀ ਦਾ ਹੀ ਕਰ ਰਹੇ ਨੇ ਐਟ ਪ੍ਰੈਜ਼ੈਂਟ ਐਂਡ ਸਟਾਫ ਵੀ ਚੇਂਜ ਹੁੰਦਾ ਰਹਿੰਦਾ ਹੈ ਤਾਂ ਉਹ ਸਟਾਫ ਜੋ ਮੇਰੇ ਟਾਈਮ ਸੀ ਜੋ ਸਰਵਿਸ ਮੈਂ ਦੇਖੀ ਹੈ ਜੋ ਕੁਆਲਿਟੀ ਮੈਂ ਦੇਖੀ ਹੈ ਮੈਨੂੰ ਐਟ ਪ੍ਰੈਜ਼ੈਂਟ ਉਹ ਨਜ਼ਰ ਨਹੀਂ ਆਈ ਬਟ ਸਟਿਲ ਵੈਬਸਾਈਟ ਦੇ ਹਿਸਾਬ ਨਾਲ ਰੂਲਸ ਐਂਡ ਰੈਗੂਲੇਸ਼ਨਸ ਦੇ ਹਿਸਾਬ ਨਾਲ ਜਿਹੜਾ ਹੈ ਮੈਂ ਤੁਹਾਨੂੰ ਪੱਕਾ ਗਾਈਡ ਕਰਦੀ ਰਹਾਂਗੀ ਕਿਉਂਕਿ ਮੈਕਸਿਮਮ ਲੋਕਾਂ ਦਾ ਇੰਟਰਸਟ ਕੈਨੇਡਾ ਹੈ ਇਸ ਕਰਕੇ ਮੈਂ ਤੁਹਾਨੂੰ ਕੈਨੇਡਾ ਲਈ ਹੀ ਗਾਈਡ ਕਰ ਰਹੀ ਹਾਂ ਪਰ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ ਇਹੀ ਗੱਲ ਕੰਨੀ ਹਾਂ ਕਿ ਪੁਆਇੰਟ ਬੇਸ ਸਿਸਟਮ ਹੈਗਾ ਹੈ ਐਕਸਪ੍ਰੈਸ ਐਂਟਰੀ ਪੂਲ ਚੱਲ ਰਿਹਾ ਹੈ ਪੀਐਨਪੀ ਪ੍ਰੋਗਰਾਮ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ ਐਂਡ ਜੋ ਲੋਕ ਹਾਈਲੀ ਕੁਆਲੀਫਾਈਡ ਨੇ ਜਿਹੜਾ ਉਹ ਐਂਡ ਏ ਐਨਓਸੀ ਕੈਟਾਗਰੀ ਚ ਆਂਦੇ ਨੇ ਉਹ ਇਮੀਗ੍ਰੇਸ਼ਨ ਕਰਵਾ ਸਕਦੇ ਨੇ ਐਂਡ ਉਹਨਾਂ ਦੇ ਪੁਆਇੰਟ ਬੇਸ ਸਿਸਟਮ ਹੁੰਦਾ ਉਹਨਾਂ ਦੀ ਏਜ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਉਹਨਾਂ ਦੀ এডੂਕੇਸ਼ਨ ਇੰਪੋਰਟੈਂਟ ਹੁੰਦੀ ਹੈ ਉਹਨਾਂ ਦਾ ਐਕਸਪੀਰੀਅੰਸ ਇੰਪੋਰਟੈਂਟ ਹੁੰਦਾ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਇਲਸ ਦੇ ਜ਼ਿਆਦਾ ਤੋਂ ਜ਼ਿਆਦਾ ਸਕੋਰ ਹੁੰਦੇ ਨੇ ਐਂਡ ਪਲੱਸ ਤੁਹਾਡਾ ਇੱਕ ਸਾਲ ਦਾ ਜਿਹੜਾ ਖਰਚਾ ਹੈ ਅਗਰ ਤੁਹਾਡੇ ਕੋਲ ਉਹ ਹੈਗਾ ਬੈਂਕ 'ਚ ਤੁਸੀਂ ਫੈਮਿਲੀ ਨਾਲ ਦਿਖਾ ਸਕਦੇ ਹੋ 12-13 ਲੱਖ ਰੁਪਇਆ ਤਾਂ ਇੱਕ ਪਲੱਸ ਪੁਆਇੰਟ ਹੈ ਜਿਨ੍ਹਾਂ ਦੇ ਐਂਟਰੀ ਪੂਲ ਦੇ ਵਿੱਚ 430 ਪੁਆਇੰਟਸ ਬਣ ਰਹੇ ਨੇ ਜਾਂ 467 ਜੋ ਪੁਆਇੰਟ ਸੀਗੇ ਸਾਊਥ ਇੰਡੀਆ ਤੋਂ ਮੈਕਸਿਮਮ ਲੋਕਾਂ ਦੇ मैक्सिमम पॉइंट ਬੰਦੇ ਨੇ ਤਾਂ ਬਾਕੀ ਜਿਹੜੇ ਨੇ ਕਈ ਲੋਕ ਉਸ ਐਂਟਰੀ ਪੂਲ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ ਪਰ ਇੱਕ ਚੀਜ਼ ਮੈਂ ਤੁਹਾਨੂੰ ਇੱਕ ਚੀਜ਼ ਦੀ ਗਾਰੰਟੀ ਦਿੰਨੀ ਹਾਂ ਕਿ ਕੈਨੇਡਾ ਇੱਕ ਇਦਾਂ ਦੀ ਕੰਟਰੀ ਹੈ ਜਿੱਥੇ ਬਹੁਤ ਜ਼ਿਆਦਾ ਏਰੀਆ ਹੈ ਐਂਡ ਬਹੁਤ ਹੀ ਘੱਟ ਪੋਪੂਲੇਸ਼ਨ ਹੈ ਪੋਪੂਲੇਸ਼ਨ ਗ੍ਰੋਥ ਕੈਨੇਡੀਅਨਸ ਦਾ ਬਹੁਤ ਘੱਟ ਹੈ ਹੁਣ ਇਸੇ ਕਰਕੇ ਇਮੀਗ੍ਰੇਸ਼ਨ ਦੇ ਜੋ ਪੀਐਨਪੀ ਪ੍ਰੋਗਰਾਮ ਨੇ ਐਕਸਪ੍ਰੈਸ ਐਂਟਰੀ ਨੇ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ ਜਿਹੜਾ ਹੈਗਾ ਹੈ ਸਕਿੱਲ ਦੇ ਉੱਤੇ ਜੋ ਲੋਕ ਬੁਲਾਉਂਦੇ ਨੇ ਪਲੱਸ ਉਸ ਤੋਂ ਇਲਾਵਾ ਜੋ ਉਹ ਕੈਟਾਗਰੀ ਦੇ ਨੇ ਜੋ ਡਾਕਟਰਸ ਨੇ ਜਾਂ ਮਿਨਿਸਟਰਸ ਨੇ ਜਾਂ ਅਦਰ ਟਾਈਪ ਦੇ ਕੈਟਾਗਰੀ ਸਪੈਸ਼ਲ ਕੈਟਾਗਰੀਸ ਨੇ ਜਿਨ੍ਹਾਂ ਨੂੰ ਇਨਵੀਟੇਸ਼ਨ ਮਿਲਦਾ ਹੈ ਜਿਨ੍ਹਾਂ ਨੂੰ ਡਾਇਰੈਕਟ ਐਂਟਰੀ ਮਿਲਦੀ ਹੈ ਉਹ ਜੋ ਸਕਿੱਲ ਕੈਨੇਡਾ ਜ ਹੈ ਹੀ ਨਹੀਂ ਹੈ ਉਹ ਹਲੇ ਵੀ ਓਪਨ ਹੈ ਪਰ ਇੱਕ ਚੀਜ਼ ਮੈਂ ਤੁਹਾਨੂੰ ਫਿਰ ਇਹ ਗੱਲ ਯਾਦ ਕਰਵਾਉਣਾ ਚਾਹਨੀ ਹਾਂ ਕਿ ਉਹ ਜਿਹੜਾ ਸਾਰਾ ਹੀ ਪੂਰੀ ਦੁਨੀਆ ਲਈ ਹੈ ਕੁਝ ਕੰਟਰੀਜ਼ ਇਦਾਂ ਦੇ ਨੇ ਜਿਨ੍ਹਾਂ ਨੂੰ ਵੀਜ਼ੇ ਦੀ ਲੋੜ ਨਹੀਂ ਉਹ ਡਾਇਰੈਕਟ ਕੈਨੇਡਾ ਚ ਆ ਕੇ ਰਹਿ ਸਕਦੇ ਨੇ ਆਪਣੀ ਮਰਜ਼ੀ ਦੇ ਨਾਲ ਐਂਡ ਕੁਝ ਕੰਟਰੀਜ਼ ਦੇ ਲੋਕ ਨੇ ਜਿਨ੍ਹਾਂ ਦੇ ਯੂਰੋਪੀਅਨ ਪਾਸਪੋਰਟ ਵਾਲੇ ਨੇ ਉਹਨਾਂ ਨੂੰ ਐਂਟਰੀ ਦੀ ਲੋੜ ਹੈ ਪਰ ਉਹ ਵੀ ਉੱਥੇ ਰਹਿ ਕੇ ਅਗਰ ਚਲੇ ਜਾਂਦੇ ਨੇ ਤਾਂ ਕੰਮ ਕਰ ਸਕਦੇ ਨੇ ਡਾਇਰੈਕਟ ਤਾਂ ਜੋ ਏਸ਼ੀਅਨਸ ਕੰਟਰੀ ਨੇ ਸਾਊਥ ਏਸ਼ੀਅਨਸ ਕੰਟਰੀ ਨੇ ਈਸਟ ਏਸ਼ੀਅਨ ਕੰਟਰੀਜ਼ ਨੂੰ ਨਾ ਪ੍ਰੋਪਰ ਜਿਹੜਾ ਹੈ ਸਿਸਟਮ ਨਾਲ ਹੀ ਜਾਣਾ ਪੈਂਦਾ ਹੈ ਤਾਂ ਮੇਰਾ ਵੀਡੀਓ ਬਣਾਉਂਦਾ ਸਿਰਫ ਇਨਾ ਇੱਕ ਮਕਸਦ ਹੈ कि ती बाहर अगर जाना है अगर तोलीफाइड तुसी हाँ, तुसी हो अगर थोड़े पॉइंट्स मिट कर रहे हैं एक्सप्रैस एंट्र जाओ ती पी एन पी प्रोग्राम से जाओ इनवैसटमेंट कैटेगरी जाओ अगर थोड़े को तोिल कैटेगरी से जाओ फैडरल स्किल प्रोग्राम होंद है उन्होंने जो कि ट्रेडिंग स ट्रेडिंग होंगे ने पर भी बहुत ही लिमिटिड लोग जा सकते हैं जिदा कि बहुत ज्यादा लोग ये गल मैं देखी है मेरे कमेंट्स कि बहुत ज़्यादा लोग जड़े ने बहर जाना चाहते हैं वर्क પરમિટ ਦੇ ਉੱਪਰ ਜਿਹੜਾ ਪੈਕਿੰਗ ਦਾ ਹੈ ਤਾਂ ਉਹ ਇੱਕ ਚੀਜ਼ ਤੁਸੀਂ ਆਪਣੇ ਧਿਆਨ ਚ ਰੱਖਣੀ ਹੈ ਕਿ ਪੈਕਿੰਗ ਇੱਕ ਇੰਡਸਟਰੀ ਹੈ ਤਾਂ ਉਹਦੇ ਚ ਕਿੰਨੇ ਵਰਕਰਸ ਦੀ ਲੋੜ ਹੈ ਅਗਰ ਕੋਈ ਨਵੀਂ ਇੰਡਸਟਰੀ ਓਪਨ ਵੀ ਕਰ ਰਿਹਾ ਤਾਂ ਕਿੰਨੇ ਸਪੇਸ ਹੈ ਕਿੰਨੇ ਉਥੇ ਵੈਕੈਂਸੀਜ਼ ਹੈ ਔਰ ਕਿੰਨੇ ਲੋਕਾਂ ਨੂੰ ਵੀਜ਼ੇ ਲੱਗ ਰਹੇ ਨੇ ਤਾਂ ਉਹ ਜਿਹੜੀ ਚੀਜ਼ ਹੈ ਤੁਸੀਂ ਉਹ ਧਿਆਨ ਚ ਰੱਖ ਕੇ ਹੀ ਪੇਮੈਂਟ ਦਿਓ 30 ਲੱਖ 40 ਲੱਖ 50 ਲੱਖ ਜਿਹੜਾ ਵੀ ਤੁਸੀਂ ਦਿੰਦੇ ਹੋ ਕੈਨੇਡਾ ਲਈ ਜੋ ਤੁਹਾਡਾ ਪੰਜਾਬ ਦਾ ਰੇਟ ਹੈ ਤਾਂ ਉਹ ਇੱਕ ਚੀਜ਼ ਆਪਣੇ ਦਿਮਾਗ 'ਚ ਵੀ ਬਿਠਾਓ ਐਂਡ ਕੰਪੀਟੀਸ਼ਨ ਕਰਨ ਦਾ ਕੋਈ ਫਾਇਦਾ ਨਹੀਂ ਹੈ ਅਗਰ ਤਾਂ ਤੁਹਾਨੂੰ ਫਾਰਮ ਵਰਕਰ ਵੀਜ਼ਾ ਉਹਦੇ ਲਈ ਤੁਹਾਡੀ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੀ ਲੋੜ ਨਹੀਂ ਹੈ ਪਰ ਉੱਥੇ ਵੀ ਹਾਈਲੀ ਕੁਆਲੀਫਾਈਡ ਲੋਕ ਜਾ ਰਹੇ ਨੇ ਮੈਨੂੰ ਨੋਟਿਚ ਆਇਆ ਤਾਂ ਜੋ ਵੀ ਤੁਸੀਂ ਕਰਨਾ ਹੈ ਇੱਕ ਆਪਣੇ ਦਿਮਾਗ ਨੂੰ ਜ਼ਰੂਰ ਲੌਜੀਕਲੀ ਸੋਚਣਾ ਹੈ ਕਿ ਅੱਗੇ ਵੈਕੈਂਸੀ ਹੈਗੀ ਹੈ ਐਂਡ ਜੋ ਮੈਂ ਪਿਛਲੇ ਆਪਣੀ ਵੀਡੀਓ ਚ ਵੀ ਤੁਹਾਨੂੰ ਦੱਸਿਆ ਸੀ ਕਿ ਕਿੱਦਾਂ ਤੁਸੀਂ ਚੈੱਕ ਕਰਨਾ ਹੈ ਤੁਹਾਡੇ ਕੋਲ ਉਹ ਜਿਹੜਾ ਮੈਸੇਜ ਆਂਦਾ ਹੈ ਪਾਸਪੋਰਟ ਸਬਮਿਸ਼ਨ ਦਾ ਐਂਡ ਜਿਹੜਾ ਉਹ ਤੁਹਾਡੇ ਡਿਸਪੈਚ ਦਾ ਐਂਡ ਵੀਜ਼ਾ ਲੱਗਦਾ ਹੈ ਤਾਂ ਫਿਰ ਉਹ ਜਿਹੜਾ ਤੁਹਾਡਾ ਜਨਨ ਵੀਜ਼ਾ ਹੁੰਦਾ ਹੈ ਆਦਰਵਾਇਜ਼ ਬਹੁਤ ਹੀ ਟਾਈਪ ਦੇ ਸਕੈਮਸ ਚੱਲ ਰਹੇ ਨੇ ਮੈਨੇ ਚੰਦੇ ਕੀ ਪੰਜਾਬ ਦੇ ਲੋਕਾਂ ਨੂੰ ਲੋਗ ਠੱਗਨ ਕਿਸੇ ਨਾ ਕਿਸੇ ਬਹਾਨੇ ਠੱਗੇ ਜਾ ਰਹੇ ਨੇ ਤੁਹਾਨੂੰ ਖੁਦ ਅਲਰਟ ਹੋਣਾ ਪਏਗਾ ਤੁਹਾਨੂੰ ਖੁਦ ਨੋਲਿਜ ਲੈਣੀ ਪਏਗੀ ਐਂਡ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਬਾਹਰ ਸੈਟਲ ਹੋਣ ਦਾ ਸਭ ਤੋਂ ਆਸਾਨ ਤਰੀਕਾ ਜਿਹੜਾ ਹੈ ਸਟੱਡੀ ਅਬ੍ਰੋਡ ਵਾਲਾ ਹੈ ਉਹਦੇ ਵਿੱਚ ਬਹੁਤ ਸਾਰੇ ਆਪਸ਼ਨ ਹੁੰਦੇ ਨੇ ਸੈਟਲ ਹੋਣ ਦੇ ਪਲੱਸ एक्सपीरियंस एजुकेटेड लोकली एक्सप्रेस एंट्री पुल है एंड पी एंड पी प्रोग्राम ने जो पैसे वाले लोग ने ओ जड़े ने इवैसटमेंट से जा सकते हैं बिज़नेस कैटेगरी से जा सकते हैं किसी भी टाइप का बिजनेस वीज़ा किसी भी कंट्री कंट्र अगर है तो वो सिटीजनशिप कन्वर्टेबल हूँ है विजिट वीज़ा टूरिस्ट वीजा जोड़ा है कैनेडा अजे तक का कन्वर्ट हूँ है और वह कन्वर्ट हों कि अगर थोड़ी तो इंग्लिश लैवल सही है तो आयल्स है और जाके उसे जोड़ा है ਲਾਮੀਆ ਕਲੀਅਰ ਹੋ ਜਾਂਦਾ ਹੈ ਲੇਬਰ ਮਾਰਕੀਟ ਇੰਪੈਕਟ ਇੰਪੈਕਟ ਅਸੈਸਮੈਂਟ ਲਾਮੀਆ ਕਲੀਅਰ ਕਰਕੇ ਤੁਹਾਡੇ ਨਾਂ ਤੇ ਮਿਲ ਜਾਂਦਾ ਹੈ ਤਾਂ ਤੁਸੀਂ ਉਹ ਵੀਜ਼ਾ ਜਿਹੜਾ ਹੈ ਕਨਵਰਟ ਕਰਵਾ ਸਕਦੇ ਹੋ ਜਾਂ ਫਿਰ ਉਹ ਵੀਜ਼ੇ ਨੂੰ ਤੁਸੀਂ ਜਿਹੜਾ ਹੈ ਆਪਣੇ ਜਦੋਂ ਤੁਸੀਂ ਜਾਣਾ ਹੈ 6 ਮਹੀਨੇ ਦਾ ਵੀਜ਼ਾ ਲੱਗਦਾ ਹੈ ਕੈਨੇਡਾ ਦਾ ਤਾਂ ਉਹ ਪ੍ਰੋਸੈਸ ਨੂੰ 4 ਤੋਂ 5 ਮਹੀਨੇ ਦਾ ਟਾਈਮ ਲੱਗਦਾ ਹੈ ਐਂਡ ਦੂਸਰੀ ਜਿਹੜੀ ਚੀਜ਼ ਹੈ ਕਿ ਆਪਣੇ ਨਾਲ ਕੋਈ ਡਾਕੂਮੈਂਟਸ ਕੈਰੀ ਨਾ ਕਰੋ ਉੱਥੇ ਜਾਣ ਤੋਂ ਬਾਅਦ ਚ ਡਾਕੂਮੈਂਟਸ ਆਪਣੇ ਕੋਲ ਉੱਥੇ ਕੋਈ ਕਬਾਈ ਕੋਰੀਅਰ ਤੁਸੀਂ ਮੰਗਵਾ ਸਕਦੇ ਹੋ ਆਪਣੇ ਨਾਂ ਤੇ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਡੇ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਤੁਹਾਡੇ ਇੰਗਲਿਸ਼ ਲੈਵਲ ਦੇ ਹਿਸਾਬ ਨਾਲ ਤੁਹਾਡਾ ਲਾਮਿਆ ਹੋਏਗਾ ਐਂਡ ਅਜੇ ਤੱਕ ਇਹ ਨਿਊਜ਼ ਹੈਗੀ ਹੈ ਕਿ 10 ਦਿਨ ਚ ਵੀ ਹੋਣਗੇ ਪਰ ਪਤਾ ਨਹੀਂ ਉਹ ਕਿੰਨਾ ਟਾਈਮ ਲੱਗਦਾ ਹੈ ਜਿਹੜੇ ਦੇਸੀ ਲਾਇਰਸ ਨੇ ਉਹ ਇਹ ਕੰਮ ਵੀ ਕਰਦੇ ਨੇ ਬਹੁਤ ਸਾਰੇ ਏਜੰਟਸ ਵੀ ਇਹ ਕੰਮ ਕਰਦੇ ਨੇ ਤੁਸੀਂ ਕਨਵਰਟ ਕਰਵਾ ਸਕਦੇ ਹੋ ਅਜੇ ਤੱਕ ਇਹ ਹੈਗਾ 2018 ਦੇ ਵਿੱਚ ਉਹਦਾ ਕੀ ਰੂਲ ਹੋਏਗਾ ਆਈ ਡੋਨਟ ਨੋ ਐਂਡ ਦੂਸਰੀ ਜਿਹੜੀ ਚੀਜ਼ ਹੁੰਦੀ ਹੈ ਕਿ ਜੋ ਤੁਹਾਨੂੰ ਸਪான்ਸਰ ਕਰਦੇ ਨੇ ਅਗਰ ਤਾਂ ਤੁਸੀਂ ਟੂਰਿਸਟ ਵੀਜ਼ਾ ਤੇ ਹੈ ਤਾਂ ਤੁਹਾਡੇ ਆਪਣੇ ਬੇਸ ਤੇ ਵੀਜ਼ਾ ਲੱਗਦਾ ਹੈ ਐਂਡ ਤੁਸੀਂ ਉਹਨੂੰ ਕਨਵਰਟ ਕਰ ਸਕਦੇ ਹੋ ਛੋਟੇ-ਟੋਟੇ ਰਿਲੇਟਿਵਸ ਤੁਹਾਨੂੰ ਸਪੌਂਸਰ ਕਰਦੇ ਨੇ ਐਂਡ ਉਹਦੇ ਬਾਅਦ ਚ ਅਗਰ ਕਨਵਰਟ ਹੁੰਦਾ ਹੈ ਤਾਂ ਉਹਦਾ ਇੱਕ ਪ੍ਰੋਪਰ ਹੈ ਕਿ ਤੁਹਾਨੂੰ ਇੰਗਲਿਸ਼ ਆਣੀ ਜ਼ਰੂਰੀ ਹੈ ਤੁਹਾਡੇ ਪ੍ਰੋਪਰ ਜਿਹੜਾ ਹੈ ਸਿਸਟਮ ਵਾਈਜ਼ ਲਾਮੀਆਂ ਕਲੀਅਰ ਹੁੰਦਾ ਹੈ ਤਾਂ ਤੁਸੀਂ ਉੱਥੇ ਵੀ ਕਨਵਰਟ ਕਰ ਸਕਦੇ ਹੋ ਉੱਥੇ ਕਨਵਰਟ ਕਰਨਾ ਥੋੜਾ ਲੈਂਥੀ ਪ੍ਰੋਸੈਸ ਹੁੰਦਾ ਹੈ ਇੱਕ ਦੋ ਵਾਰ ਅਗਰ ਅਪੀਲ ਲਗਾਣੀ ਪਏਗੀ ਜਾਂ ਫਿਰ ਕੁਝ ਜ਼ਿਆਦਾ ਖਰਚਾ ਹੁੰਦਾ ਤਾਂ ਤੁਸੀਂ ਆਪਣੀ ਲਾਮੀਆਂ ਕਲੀਅਰ ਕਰਕੇ ਇੰਡੀਆ ਵੀ ਆ ਸਕਦੇ ਹੋ ਤਾਂ ਆਪਣੇ ਇੰਡੀਆ ਤੋਂ ਵੀ ਤੁਸੀਂ ਜਿਹੜਾ ਉਹ ਵੀਜ਼ਾ ਜਿਹੜਾ ਹੈ ਵਰਕ ਵੀਜ਼ੇ ਚ ਕਨਵਰਟ ਕਰਕੇ ਜਾ ਸਕਦੇ ਹੋ ਐਂਡ ਪਲੱਸ ਇੱਕ ਹੋਰ ਚੀਜ਼ ਹੈ ਕਿ ਜਿਹੜੇ ਫੋਰਿਨਰ ਵਰਕਰਸ ਨੇ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਦੀ ਸੈਲਰੀ ਕੈਨੇਡੀਅਨ ਸਿਟੀਜ਼ਨਸ ਤੋਂ ਘੱਟ ਹੁੰਦੀ ਹੈ ਤਾਂ ਹੀ ਲੋਕ ਉਹਨਾਂ ਨੂੰ ਮੰਗਾਉਂਦੇ ਨੇ ਐਂਡ ਉਹ ਚੀਜ਼ ਵੀ ਤੁਸੀਂ ਖਿਆਲ ਰੱਖਣਾ ਹੈ ਐਂਡ ਜੁੜੀ ਮੈਂ ਆਪਣੀ ਨੈਕਸਟ ਵੀਡੀਓ ਬਣਾ ਰਹੀ ਹਾਂ ਇਮੀਡੀਏਟਲੀ ਹੁਣੇ ਹੀ ਉਹ ਮੈਂ ਉਹ ਲੋਕਾਂ ਲਈ ਬਣਾ ਰਹੀ ਹਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਤਾਂ ਨੈਕਸਟ ਵੀਡੀਓ ਮੈਂ ਉਹਨਾਂ ਲਈ ਬਣਾਨੀ ਆ ਹੁਣੇ ਹੀ ਐਂਡ ਤੁਸੀਂ ਜਿਹੜਾ ਹੈ ਮੇਰੇ ਵੀਡੀਓਜ਼ ਦੇ ਦਿੰਦੇ ਰਹੋ ਮੈਂ ਤੁਹਾਡੇ ਕੁਐਸਚਨਸ ਦੇ ਜਵਾਬ ਮੈਕਸਿਮਮ ਦੇਣ ਦੀ ਟਰਾਈ ਕਰਦੀ ਆਂ ਕੁਐਸਚਨਸ ਇੰਨੇ ਜ਼ਿਆਦਾ ਨਹੀਂ ਐਂਡ ਸਾਰਿਆਂ ਦੇ ਸੇਮ ਹੀ ਕੁਐਸਚਨ ਨੇ ਤਾਂ ਸੌਰੀ ਪਰ ਹਾਂ ਤੁਹਾਡੇ ਕੁਐਸਚਨਸ ਦੇ ਜਵਾਬ ਬਹੁਤ ਜ਼ਿਆਦਾ ਹੋ ਗਏ ਨੇ ਪੈਂਡਿੰਗ ਦੇਣ ਵਾਲੇ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੇ ਡਾਕੂਮੈਂਟਸ ਚੈੱਕ ਕਰੋ ਆਪਣੇ ਫਾਈਨੈਂਸਸ ਚੈੱਕ ਕਰੋ ਐਂਡ ਆਪਣੀ ਜਿਹੜੀ ਹੈ ਨੌਲੇਜ ਨੂੰ ਬ੍ਰਾਡ ਕਰੋ ਐਦਾਂ ਹੀ ਤੁਸੀਂ ਕਿਸੇ ਨੇ ਕਹਿ ਦਿੱਤਾ ਕਿ ਅਸੀਂ ਕਈ ਲੋਕ ਇਹ ਚੀਜ਼ ਕਹਿੰਦੇ ਨੇ ਕਿ ਸਾਨੂੰ ਜਿਹੜਾ ਇੰਨੇ ਚ ਵੀਜ਼ਾ ਲਗਾ ਕੇ ਦੇ ਰਹੇ ਨੇ ਉਹਨੇ ਚ ਵੀਜ਼ਾ ਲਗਾ ਕੇ ਦੇ ਰਹੇ ਨੇ ਤਾਂ ਉਹ ਚੀਜ਼ ਦਾ ਥੋੜਾ ਜਿਹਾ ਤੁਸੀਂ ਧਿਆਨ ਰੱਖੋ ਬਿਲਕੁਲ ਹੀ ਬੇਫਕੂਫਾ ਵਾਲੀ ਹਰਕਤ ਨਾ ਕਰੋ ਕਿ ਪੂਰੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕੰਪਨੀ 'ਚ ਤੁਸੀਂ ਜਾ ਰਹੇ ਹੋ ਕਿਹੜਾ ਤੁਹਾਡਾ EMPLOYE ਹੈ EMPLOYER ਤੁਹਾਨੂੰ ਬੁਲਾ ਰਿਹਾ ਹੈ ਐਂ ਕਿੰਨੀ ਤੁਹਾਡੀ ਸੈਲਰੀ ਹੈ ਸਾਰਾ ਕੁਝ ਹੀ ਚੈੱਕ ਕਰੋ ਤਾ ਬਾਕੀ ਪੰਜਾਬ ਦੇ ਵਿੱਚ ਇਦਾਂ ਦੇ ਕੰਮ ਹੁੰਦੇ ਵੀ ਐ ਵੀਜ਼ੇ ਲਗਵਾਉਂਦੇ ਵੀ ਨੇ ਏਜੰਟ ਇਦਾਂ ਦੀ ਕੋਈ ਗੱਲ ਨਹੀਂ ਐ ਕਿ ਨਹੀਂ ਲਗਵਾਉਂਦੇ ਲੱਗਦੇ ਵੀ ਐ ਪਰ ਉਹ ਲਗਵਾਉਣ ਵਾਲੇ ਘੱਟ ਐ ਔਰ ਪੈਸੇ ਲੈਣ ਵਾਲੇ ਜ਼ਿਆਦਾ ਨੇ ਤਾਂ ਜੋ ਹੈਗਾ ਉਹ ਵੀ ਨਾ ਗਵਾਓ ਤਾਂ ਜੋ ਵੀ ਕਰਨਾ ਹੈ ਸੋਚ ਸਮਝ ਕੇ ਕਰੋ ਥੈਂਕ ਯੂ ਸੋ ਵੈਰੀ ਮੈਚ ਫॉर ਵਾਚਿੰਗ ਹੈਵਿੰਗ ਅ ਗੁੱਡ ਡੇ